ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਟਰਾਲੀ ਹਲ ਤਵੀਆਂ ਕਾਰ ਜੀਪ ਜਾਂ ਖੇਤੀ ਦੀ ਕਿਸੇ ਵੀ ਹੋਰ ਮਸ਼ੀਨਰੀ ਦੀ ਐਡ ਆਪਣੇ ਚੈਨਲ ਤੇ ਲਗਵਾਉਣ ਲਈ ਉਸ ਦੀਆਂ 4-5 ਫੋਟੋਆਂ ਤੇ ਨਾਲ ਹੀ ਲੋੜੀ ਦੀ ਜਾਣਕਾਰੀ ਜਿਵੇਂ ਰੇਟ, ਏਰੀਆ, ਮਾਡਲ, ਟਾਇਰ ਕਿੰਨੇ ਪੈਸੇ ਹੈ ਇਹ ਸਾਰੀ ਜਾਣਕਾਰੀ ਇਸ ਨੰਬਰ ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਬਿਲਕੁਲ ਫ੍ਰੀ ਚ ਐਡ ਲਾਈ ਜਾਵੇਗੀ ਕੋਈ ਕਮਿਸ਼ਨ ਨਹੀਂ ਅੱਜ ਆਪਾਂ ਸੇਲ ਵਿੱਚ ਚਾਰ ਚੀਜ਼ਾਂ ਲੈ ਕੇ ਆਏ ਆ ਐਚਐਮਟੀ 3511 ਟਰੈਕਟਰ ਹੈ ਗੁਰਨਾਨਕ ਕੰਬਾਈਨ ਹੈ ਤਲਵੰਡੀ ਭਾਈ ਦੇ ਬਣੇ ਹੋਏ 13 ਹਾਲ ਹੈ ਫਸਲਾਂ ਦੀ ਕਟਾਈ ਕਰਨ ਵਾਲਾ ਥਰੇਸਰ ਹੈ ਹੁਣ ਤੁਹਾਨੂੰ ਐਚਐਮਟੀ 3511 ਟਰੈਕਟਰ ਦਿਖਾ ਰਹੇ ਹਾਂ ਇਹ ਟਰੈਕਟਰ 1987 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ オリジナル ਟਰੈਕਟਰ ਹੈ ਵਧੀਆ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਟਰੈਕਟਰ ਦੇ ਬਾਡੀ ਚੈਸੀ ਲਿੰਕਾਂ ਦਾ ਨਾਲ ਦੇ ਹੀ ਰੰਗ ਪੇਂਟ ਹੈ ਮਾਡਲ ਦੇ ਹਿਸਾਬ ਨਾਲ ਟਰੈਕਟਰ ਤੋਂ ਥੋੜਾ ਬਹੁਤਾ ਰੰਗ ਲਿਆ ਜ਼ਰੂਰ ਹੈ ਪਰ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਇਹ ਟਰੈਕਟਰ ਸੈਂਪਲ ਸਟੀering ਤੇਲ ਵਾਲੀਆਂ ਬ੍ਰੇਕਾਂ ਤੇ 11 ਵਾਲੀ ਪੀਟੀਓ ਦੇ ਨਾਲ ਹੈ ਵਧੀਆ ਹਾਲਤ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਕਿਤੇ ਕੋਈ ਲੀਕਿੰਗ ਵਗੈਰਾ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਆ ਪਿਛਲੇ ਟਾਇਰ 40 ਪੈਸੇ ਹੈ ਅਗਲੇ ਟਾਇਰ 20 ਪੈਸੇ ਹੈ A ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾ ਮਤਲਬ ਟਰੈਕਟਰ ਦੀ ਫੁੱਲ ਗਾਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇਂ ਟਰੈਕਟਰ ਨੂੰ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹਾਂ ਇਹ ਟਰੈਕਟਰ ਦਾ ਭੋਗਪੁਰ ਜ਼ਿਲ੍ਹਾ ਜਲੰਧਰ ਏਰੀਆ ਜਿੱਥੇ ਇਹ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 78000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹਾਂ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਗਾਉਣ ਲਈ ਫੋਟੋਆਂ ਭੇਜਦੇ ਆ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਹਨਾਂ ਕੀ ਰੇਟ ਦੱਸਿਆ ਕਰਨਾ ਜਿੰਨੇ ਇੱਕ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੀਟ ਆਉਂਦੀ ਹੈ ਮੈਸੇਜ ਆਉਂਦੇ ਆ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੇ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਹੈ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰਨਾ ਹੁਣ ਤੁਹਾਨੂੰ ਗੁਰੂ ਨਾਨਕ ਕੰਬਾਈਨ ਦਿਖਾ ਰਹੇ ਹਾਂ ਇਹ ਕੰਬਾਈਨ 1999 ਮਾਡਲ ਹੈ A ਕਲਾਸ ਕੰਡੀਸ਼ਨ ਵਿੱਚ ਕੰਬਾਈਨ ਖੜੀ ਹੈ ਵਧੀਆ ਹਾਲਤ ਵਿੱਚ ਕੰਬਾਈਨ ਦਾ ਰੰਗ ਪੇਂਟ ਪਿਆ ਹੈ ਸਾਰੀ ਕੰਬਾਈਨ ਨੂੰ ਦੁਬਾਰਾ ਰੰਗ ਪੇਂਟ ਕਰਵਾਇਆ ਗਿਆ ਹੈ ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਕੰਬਾਈਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਵਧੀਆ ਹਾਲਤ ਵਿੱਚ ਕੰਬਾਈਨ ਚੱਲਦੀ ਹੈ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ ਆ 60 65 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਏ ਕਲਾਸ ਕੰਡੀਸ਼ਨ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਫੁੱਲ ਗਾਰੰਟੀ ਹੈ ਤੁਸੀਂ ਕੰਬਾਈਨ ਨੂੰ ਖਰੀਦਣ ਸਮੇਂ ਕੰਬਾਈਨ ਨੂੰ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਆ। ਇਹ ਕੰਬਾਈਨ ਦਾ ਬਰਨਾਲਾ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ। ਕੰਬਾਈਨ ਦਾ ਰੇਟ ਮਾਲਕ ਵੀਰ ਫੋਨ ਤੇ ਦੱਸਣਗੇ। ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਇਹ ਕੰਬਾਈਨ ਨੂੰ ਖਰੀਦ ਸਕਦੇ ਹੋ। ਜਿਹੜੇ ਵੀਰ ਮਸ਼ੀਨਰੀ ਦੀ ਐਡ ਲਗਾਉਣ ਲਈ ਫੋਟੋਆਂ ਭੇਜਦੇ ਆ। ਉਹ ਆਪਣੇ ਫੋਨ ਨੂੰ ਟੇਡਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4 ਤੋਂ 5 ਫੋਟੋਆਂ ਖਿੱਚ ਕੇ ਭੇਜਿਆ ਕਰਨਾ ਤਾਂ ਕਿ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਹੁਣ ਤੁਹਾਨੂੰ ਤੇਰਾ ਹਾਲ ਦਿਖਾ ਰਹੇ ਹਾਂ ਏ ਕਲਾਸ ਕੰਡੀਸ਼ਨ ਵਿੱਚ ਹਾਲ ਖੜੇ ਐ ਤਲਵੰਡੀ ਭਾਈ ਦੇ ਬਣੇ ਹੋਏ ਹਾਲ ਨੇ ਫੁੱਲ ਹੈਵੀ 4 ਕੁਇੰਟਲ 10 ਕਿਲੋ ਵਾਜਣ ਦੇ ਹਾਲ ਤਿਆਰ ਕੀਤੇ ਗਏ ਨੇ ਵਧੀਆ ਸੁੱਧ ਹਾਲ ਨੇ ਮਾਲਕ ਵੀਰਾਂ ਵੱਲੋਂ ਹਲਾਂ ਦੀ ਫੁੱਲ ਗਰੰਟੀ ਹੈ ਤੁਸੀਂ ਹਲਾਂ ਨੂੰ ਖਰੀਦਣ ਸਮੇਂ ਹਲਾਂ ਨੂੰ ਬਾਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੰਨਾ ਹਲਾਂ ਦਾ ਪਿੰਡ ਸੇਖਾ ਕਲਾਂ ਜ਼ਿਲ੍ਹਾ ਮੋਗਾ ਏਰੀਆ ਜਿੱਥੇ ਹਾਲ ਖੜੇ ਨੇ ਮਾਲਕ ਵੀਰਾਂ ਵੱਲੋਂ ਹਲਾਂ ਦੀ ਡਿਮਾਂਡ ਰੱਖੀ ਗਈ ਹੈ 35000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਇਹਨਾਂ ਹਾਲਾਂ ਨੂੰ ਖਰੀਦ ਸਕਦੇ ਹਾਂ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਆਪਣੀ ਤਸੱਲੀ ਜ਼ਰੂਰ ਕਰੋ ਹੁਣ ਤੁਹਾਨੂੰ ਥਰੇਸਰ ਦਿਖਾ ਰਹੇ ਹਾਂ ਇਹ ਥਰੇਸਰ ਦਾ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਏਰੀਆ ਜਿੱਥੇ ਇਹ ਥਰੇਸਰ ਖੜਾ ਹੈ ਮਾਲਕ ਵੀਰਾਂ ਵੱਲੋਂ ਥਰੇਸਰ ਦੀ ਡਿਮਾਂਡ ਰੱਖੀ ਗਈ ਹੈ 48000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਥ੍ਰੈਸ਼ਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਧ ਖਰੀਦਣ ਜਾਂ ਵੇਚਣ ਵਿੱਚ ਸਹਾਣੀ ਮਿਲ ਸਕਦੀ ਹੈ ਥੈਂਕ ਯੂ